ਬਾਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਪੰਜਾਬ ਦੇ ਵਿੱਚ ਬੀਤੇ ਦਿਨਾਂ ਤੋਂ ਗਰਮੀ ਨੇ ਕਾਫੀ ਜ਼ਿਆਦਾ ਆਪਣਾ ਕਹਿਰ ਬਰਪਾਉਣਾ ਸ਼ੁਰੂ ਕੀਤਾ ਹੋਇਆ ਹੈ, ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਬਿਹਤਰ ਸਮਝਦੇ ਪਏ ਨੇ ਤਾਂ ਜੋ ਇਸ ਗਰਮੀ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਮੌਨਸੂਨ ਦੀ, ਮੌਸਮ ਦੇ ਅਨੁਸਾਰ ਜੋ ਮੌਨਸੂਨ ਹੈ ਉਸ ਦੀ ਵੀ ਕਾਫੀ ਜ਼ਿਆਦਾ ਵੇਟ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਿਰ ਕਦੋਂ ਮੌਨਸੂਨ ਪੰਜਾਬ ਦੇ ਵਿੱਚ ਦਸਤਕ ਦੇਵੇਗਾ ਤੇ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਜੇਕਰ ਅਸੀਂ ਬਾਕੀ ਦੇ ਪੰਜਾਬ ਦੇ ਕੁਝ ਇਲਾਕਿਆਂ ਦੀ ਗੱਲ ਕਰੀਏ ਤਾਂ ਕਾਫੀ ਇਲਾਕਿਆਂ ਦੇ ਵਿੱਚ ਬੀਤੇ ਦਿਨਾਂ ਤੋਂ ਥੋੜੀ ਬਹੁਤੀ ਬਾਰਿਸ਼ ਤਾਂ ਜ਼ਰੂਰ ਹੋਈ ਹੈ, ਪਰ ਉਸ ਦੇ ਨਾਲ ਨਮੀ ਵੱਧ ਗਈ ਹੈ। ਜਦੋਂ ਨਮੀ ਵੱਧ ਜਾਂਦੀ ਹੈ ਤਾਂ ਬਾਕੀ ਦੇ ਹੋਰ ਜਿਹੜੇ ਖੇਤਰ ਨੇ, ਹੋਰ ਜਿਹੜੇ ਸ਼ਹਿਰ ਹੁੰਦੇ ਨੇ, ਉਹਨਾਂ ਦੇ ਵਿੱਚ ਨਮੀ ਵਧਣ ਦੇ ਕਾਰਨ ਕਿਤੇ ਨਾ ਕਿਤੇ ਮੋਇਸਚਰ ਪੈਦਾ ਹੁੰਦਾ ਹੈ ਅਤੇ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਅਜਿਹੀ ਨਮੀ ਵਾਲੇ ਮੌਸਮ ਦੇ ਵਿੱਚ ਵੀ ਲੋਕ ਰਹਿਣਾ ਪਸੰਦ ਨਹੀਂ ਕਰਦੇ ਅਤੇ ਉਹ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਨੇ ਕਿ ਅਜਿਹੀ ਗਰਮੀ ਤੋਂ ਬਚਿਆ ਜਾ ਸਕੇ, ਏਸੀ ਦੇ ਵਿੱਚ ਬੈਠਣਾ ਜ਼ਿਆਦਾ ਠੀਕ ਸਮਝਦੇ ਨੇ। ਪਰ ਜਿਹੜੇ ਲੋਕ ਸੜਕਾਂ 'ਤੇ ਕੰਮ ਕਾਜ ਕਰਦੇ ਨੇ, ਦਿਹਾੜੀਆਂ ਕਰਦੇ ਨੇ, ਉਹਨਾਂ ਦੇ ਲਈ ਇਹ ਮੌਸਮ ਕਾਫੀ ਜ਼ਿਆਦਾ ਭਿਆਨਕ ਹੈ, ਕਿਉਂਕਿ ਅਜਿਹੀ ਗਰਮੀ ਤੋਂ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਕਈ ਵਾਰ ਅਜਿਹੀ ਗਰਮੀ ਦੇ ਕਾਰਨ ਅਸੀਂ ਸੁਣਦੇ ਹਾਂ ਕਿ ਕੁਝ ਲੋਕ ਮੌਤ ਦੇ ਮੂੰਹ ਵਿੱਚ ਵੀ ਚਲੇ ਜਾਂਦੇ ਨੇ, ਕਿਉਂਕਿ ਉਹ ਇਸ ਗਰਮੀ ਨੂੰ ਸਹਾਰ ਨਹੀਂ ਪਾਉਂਦੇ। ਜ਼ਿਆਦਾਤਰ ਜਿਹੜੇ ਬਜ਼ੁਰਗ ਲੋਕ ਹੈਗੇ ਨੇ ਉਹ ਅਜਿਹੀ ਗਰਮੀ ਦੇ ਕਾਰਨ ਆਪਣੀ ਜਾਨ ਤੋਂ ਵੀ ਹੱਥ ਗਵਾ ਬੈਠਦੇ ਨੇ। ਜੇਕਰ ਅਸੀਂ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਦੁਕਾਨਦਾਰ ਵੀ ਇਸ ਗਰਮੀ ਦੇ ਆਲਮ ਦੇ ਵਿੱਚ ਕਾਫੀ ਜ਼ਿਆਦਾ ਪਰੇਸ਼ਾਨ ਨੇ, ਕਿਉਂਕਿ ਉਹਨਾਂ ਦੀ ਦੁਕਾਨਦਾਰੀ ਨਹੀਂ ਚੱਲਦੀ ਪਈ। ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਠੀਕ ਨਹੀਂ ਸਮਝਦੇ ਪਏ ਗਰਮੀ ਦੇ ਕਾਰਨ, ਅਤੇ ਨਾਲ ਹੀ ਜੋ ਦੁਕਾਨਦਾਰ ਨੇ ਉਹ ਵੀ ਕਿਤੇ ਨਾ ਕਿਤੇ ਇਹੀ ਬਿਹਤਰ ਸਮਝਦੇ ਨੇ ਕਿ ਦੁਪਹਿਰ ਦੇ ਸਮੇਂ ਜਿਹੜੀ ਦੁਕਾਨ ਹੈ ਉਸਨੂੰ ਬੰਦ ਹੀ ਕਰ ਦਿੱਤਾ ਜਾਵੇ, ਕਿਉਂਕਿ ਲੋਕਾਂ ਦੀ ਆਵਾਜਾਈ ਦੁਪਹਿਰ ਦੇ ਸਮੇਂ ਕਾਫੀ ਜ਼ਿਆਦਾ ਘੱਟ ਜਾਂਦੀ ਹੈ ਅਤੇ ਸ਼ਾਮ ਨੂੰ ਹੀ ਲੋਕ ਜ਼ਿਆਦਾਤਰ ਬਾਹਰ ਨਿਕਲਣਾ ਪਸੰਦ ਕਰਦੇ ਨੇ। ਸਭ ਤੋਂ ਵੱਡੀ ਗੱਲ ਮੌਨਸੂਨ ਦੀ ਹੈ। ਮੌਨਸੂਨ ਪੰਜਾਬ ਦੇ ਵਿੱਚ ਹਾਲੇ ਤੱਕ ਨਹੀਂ ਆਇਆ, ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਇਸ ਦੀ ਉਡੀਕ ਵੀ ਹੈਗੀ ਹੈ ਤਾਂ ਜੋ ਉਹਨਾਂ ਨੂੰ ਇਸ ਗਰਮੀ ਭਰੇ ਮੌਸਮ ਤੋਂ ਰਾਹਤ ਮਿਲ ਸਕੇ। ਪਿਛਲੇ 2-3 ਦਿਨਾਂ ਤੋਂ ਇਲਾਕਿਆਂ ਦੇ ਵਿੱਚ ਹੋਣ ਵਾਲੀ ਪੋਕਟ ਰੇਨ ਦੇ ਕਾਰਨ ਮੌਸਮ ਦੇ ਵਿੱਚ ਨਮੀ ਤਾਂ ਜ਼ਰੂਰ ਵਧਾ ਦਿੱਤੀ ਹੈ, ਪਰ ਇਸਦਾ ਕੋਈ ਬਹੁਤਾ ਲਾਭ ਲੋਕਾਂ ਨੂੰ ਨਹੀਂ ਹੋਇਆ। ਬੀਤੇ ਦਿਨੀ ਪਈ ਕੜਕਦੀ ਗਰਮੀ ਦੇ ਕਾਰਨ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਦੇ ਵਿੱਚ ਕਰਫਿਊ ਵਰਗਾ ਮਾਹੌਲ ਦੇਖਣ ਨੂੰ ਮਿਲਦਾ ਪਿਆ, ਜਿਸ ਕਰਕੇ ਕੰਮ ਕਾਜ ਲੋਕਾਂ ਦੇ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਨੇ। ਲੋਕ ਮੌਨਸੂਨ ਦੀ ਲਗਾਤਾਰ ਉਡੀਕ ਕਰਦੇ ਪਏ ਨੇ। ਮੌਸਮ ਵਿਭਾਗ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਐਤਵਾਰ ਜੋ ਨਮੀ ਹੈ 76% ਦਰਜ ਕੀਤੀ ਗਈ, ਜਦੋਂ ਕਿ ਘੱਟੋ ਘੱਟ ਤਾਪਮਾਨ 28 ਅਤੇ ਵੱਧ ਤੋਂ ਵੱਧ 36 ਡਿਗਰੀ ਦਰਜ ਕੀਤਾ ਗਿਆ। ਹਵਾ ਦੀ ਰਫ਼ਤਾਰ 6 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ ਅਤੇ ਮੌਸਮ ਦੇ ਵਿੱਚ ਨਮੀ ਵਧਣ ਅਤੇ ਜੇਕਰ ਤੇਜ਼ ਰਫ਼ਤਾਰ ਦੇ ਨਾਲ ਹਵਾ ਚੱਲਦੀ ਰਹੇ ਤਾਂ ਗਰਮੀ ਤੋਂ ਰਾਹਤ ਤਾਂ ਮਿਲਦੀ ਹੈ, ਪਰ ਹਵਾ ਦੀ ਰਫ਼ਤਾਰ ਘੱਟ ਹੋਣ ਕਾਰਨ ਹਮਸ ਦੇ ਵਿੱਚ ਇਜ਼ਾਫਾ ਜ਼ਿਆਦਾ ਹੋ ਜਾਂਦਾ ਹੈ, ਜਿਸ ਦੇ ਕਾਰਨ ਲੋਕ ਕਾਫੀ ਬੇਹਾਲ ਹੁੰਦੇ ਨੇ ਅਤੇ ਉਹਨਾਂ ਨੂੰ ਇਸ ਗਰਮੀ ਦੇ ਮੌਸਮ ਦੇ ਵਿੱਚ ਕਾਫੀ ਜ਼ਿਆਦਾ 2-4 ਹੋਣਾ ਪੈਂਦਾ ਹੈ। ਇਸ ਦੇ ਨਾਲ ਹੀ ਘੱਟੋ ਘੱਟ ਤਾਪਮਾਨ ਦੇ ਵਿੱਚ 2 ਡਿਗਰੀ ਦਾ ਵਾਧਾ ਵੀ ਦਰਜ ਕੀਤਾ ਗਿਆ। ਪਿਛਲੇ 3-4 ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 36 ਡਿਗਰੀ 'ਤੇ ਬਣਿਆ ਹੋਇਆ, ਜਦੋਂ ਕਿ ਘੱਟੋ ਘੱਟ ਤਾਪਮਾਨ 26 ਤੋਂ 28 ਡਿਗਰੀ ਤੱਕ ਪੁੱਜਾ ਹੈ, ਜਿਸ ਕਾਰਨ ਰਾਤ ਦੇ ਸਮੇਂ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਜੇਕਰ ਸੰਡੇ ਬਾਜ਼ਾਰ ਸਮੇਤ ਸ਼ਹਿਰ ਦੇ ਹੋਰ ਬਾਜ਼ਾਰਾਂ ਦੇ ਵਿੱਚ ਗਾਹਕਾਂ ਦੀ ਭਾਰੀ ਘਾਟ ਹੈ, ਜਿਸ ਕਾਰਨ ਦੁਕਾਨਦਾਰਾਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅਤੇ ਜੇਕਰ ਅਸੀਂ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਜੋ ਪੰਜਾਬ ਦੇ ਲੋਕ ਨੇ ਉਹ ਜਾਂ ਹੋਰ ਸੂਬਿਆਂ ਦੇ ਲੋਕ ਨੇ ਪਹਾੜੀ ਇਲਾਕਿਆਂ ਦੇ ਵਿੱਚ ਘੁੰਮਣ ਦੇ ਲਈ ਜਾ ਰਹੇ ਨੇ। ਉੱਥੇ ਗਰਮੀ ਦੇ ਕਾਰਨ ਲੋਕ ਗੁਆਂਢੀ ਸੂਬਿਆਂ ਹਿਮਾਚਲ, ਉੱਤਰਾਖੰਡ ਦੀਆਂ ਵਾਦੀਆਂ ਦੇ ਵਿੱਚ ਆ ਰਹੇ ਨੇ ਅਤੇ ਮੌਸਮ ਦੇ ਨਜ਼ਾਰੇ ਲੈ ਰਹੇ ਨੇ। ਮੀਂਹ ਦੀ ਦਸਤਕ ਤੋਂ ਬਾਅਦ ਪਹਾੜੀ ਇਲਾਕਿਆਂ ਦੇ ਵਿੱਚ ਕੁਝ ਦਿਨ ਆਵਾਜਾਈ ਘੱਟ ਰਹੀ ਸੀ, ਪਰ ਹੁਣ ਸਥਿਤੀ ਆਮ ਵਾਂਗ ਹੋਣ ਦੇ ਕਾਰਨ ਲੋਕ ਪਹਾੜਾਂ ਦੇ ਵਿੱਚ ਘੁੰਮਣ ਜਾ ਰਹੇ ਨੇ ਅਤੇ ਇਸ ਕਾਰਨ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਭੀੜ ਵੀ ਦੇਖਣ ਨੂੰ ਮਿਲਦੀ ਪਈ ਹੈ। ਅਤੇ ਲੋਕ ਇਸ ਵਿੱਚ ਹੀ ਭਲਾਈ ਸਮਝਦੇ ਨੇ ਕਿ ਜੇਕਰ ਉਹ ਘੁੰਮਣਾ ਵੀ ਚਾਹੁੰਦੇ ਨੇ ਤਾਂ ਕਿਸੇ ਅਜਿਹੇ ਇਲਾਕੇ ਦੇ ਵਿੱਚ ਜਾਇਆ ਜਾਵੇ ਜਿੱਥੇ ਥੋੜ੍ਹਾ ਬਹੁਤਾ ਮੌਸਮ ਠੀਕ ਹੋਵੇ। ਪਹਾੜੀ ਇਲਾਕਿਆਂ ਦੇ ਵਿੱਚ ਘੁੰਮਣਾ ਜ਼ਿਆਦਾ ਪਸੰਦ ਕਰਦੇ ਪਏ ਨੇ, ਕਿਉਂਕਿ ਜੇਕਰ ਉਹ ਸਮਝਦੇ ਨੇ ਕਿ ਜੇਕਰ ਗਰਮੀ ਦੇ ਮੌਸਮ ਦੇ ਵਿੱਚ ਕਿਸੇ ਹੋਰ ਸ਼ਹਿਰ ਜਾਂ ਸੂਬੇ ਦੇ ਵਿੱਚ ਜਾਣਗੇ ਤਾਂ ਉੱਥੇ ਵੀ ਉਹਨਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਉਹ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਪਹਾੜੀ ਇਲਾਕਿਆਂ ਦੇ ਵਿੱਚ ਜਾਣਾ ਹੀ ਠੀਕ ਸਮਝਦੇ ਪਏ ਨੇ। ਪਰ ਜੋ ਮੇਨ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਦੀ ਜੋ ਉਡੀਕ ਹੈ ਉਹ ਕਾਫੀ ਜ਼ਿਆਦਾ ਲੋਕਾਂ ਨੂੰ ਹੋਈ ਵੀ ਹੈ, ਕਿਉਂਕਿ ਜੇਕਰ ਮੌਨਸੂਨ ਪੰਜਾਬ ਦੇ ਵਿੱਚ ਸਮੇਂ ਸਿਰ ਦਸਤਕ ਦੇ ਦਿੰਦਾ ਤਾਂ ਇਸ ਦੇ ਨਾਲ ਕਾਫੀ ਜ਼ਿਆਦਾ ਰਾਹਤ ਪੰਜਾਬ ਦੇ ਲੋਕਾਂ ਨੂੰ ਮਿਲੇਗੀ। ਤੁਸੀਂ ਬਣੇ ਰਹੋ ਜਗਬਾਣੀ ਟੀਵੀ ਦੇ ਨਾਲ। ਧੰਨਵਾਦ।